ਜਿਹੜੇ ਸਾਨੂੰ ਦੇਖ ਕੇ ਟੀਚਰਾਂ ਕਰਦੇ ਨੇ ਅੱਗੋਂ ਉਹਨਾਂ ਦੇ ਸੀਨੇ ਲਾਵਾਂਗੇ। ਤੂੰ ਠੰਡ ਰੱਖ ਉਸਤਾਦ, ਅਸੀਂ ਵੀ ਆਵਾਂਗੇ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਦੁਪਹਿਰ ਦਾ ਟਾਈਮ ਜੀ ਅਤੇ ਆਏ ਜਿੰਮ ਅਤੇ ਆਪਣੇ ਵੱਡੇ ਵੱਡੇ ਭਲਵਾਨ ਵੀਰ ਇੱਥੇ ਆਣ ਕੇ ਖਲੋਤੇ ਆ ਅਤੇ ਮੈਂ ਤੁਹਾਨੂੰ ਨਾ ਸਾਰਿਆਂ ਨਾਲ ਮਿਲਾਉਂਦਾ। ਇਹ ਮੇਰਾ ਵੱਡਾ ਭਰਾ ਸੁਖਰਾਜ, ਮੇਰਾ ਵੀਰ ਹੀਰੋ ਮਠੋਲੇ ਤੋਂ ਵੱਡਾ ਵੀਰ, ਆਹ ਸਭ ਤੋਂ ਵੱਡਾ ਵੀਰ, ਆਹ ਛੋਟਾ ਵੀਰ ਪਾਂਡੇ, ਆਹ ਇੱਕ ਮੇਰਾ ਵੀਰ, ਆਹ ਆਪਣਾ ਪੁੱਤਰ ਗੋਲਡੀ, ਇਹ ਸਾਰੇ ਜਿੰਮ ਵਾਲੇ ਲਵਰ ਆ ਵੀਰ ਮੇਰੇ ਇਸ ਵੇਲੇ, ਅਤੇ ਇਹ ਆਪਣਾ ਗੁਰੂ ਆ ਹੀਰੋ, ਇੱਧਰ ਸੁਖਰਾਜ ਵੀ ਆਪਣਾ ਗੁਰੂ ਆ। ਅਤੇ ਚਲੋ ਥੋੜ੍ਹੀ ਬਹੁਤੀ ਵੀ ਨੌਲੇਜ ਆ ਨਾ ਆਪਣੇ ਗੁਰੂ ਕੋਲੋਂ ਲੈਣੀ ਚਾਹੀਦੀ ਆ ਬੰਦੇ ਨੂੰ, ਅਤੇ ਬੰਦਾ ਫਿਰ ਹੀ ਕਾਮਯਾਬ ਹੁੰਦਾ ਆ ਜੇ ਵੱਡਿਆਂ ਦਾ ਕਹਿਣਾ ਮੰਨ ਕੇ ਚੱਲੇ। ਭਲਵਾਨ ਜੀ ਕਿੰਨੇ ਦਿਨ ਹੋ ਗਏ ਆਉਂਦਿਆਂ ਨੂੰ? ਇੱਕ ਮਹੀਨਾ ਹੋ ਗਿਆ ਤੁਹਾਨੂੰ? ਤੁਹਾਨੂੰ ਭਾਅ ਜੀ ਚਲੋ ਕੋਈ ਨਹੀਂ, ਤੁਸੀਂ ਵੀ ਆਪਣੀ ਜਿੰਮ 'ਚ ਆਇਆ ਕਰੋ, ਇਸ ਵੇਲੇ ਕੋਈ ਨਹੀਂ ਹੁੰਦਾ ਆਪਣਾ ਜਿੰਮ, ਇਸ ਵੇਲੇ ਪੂਰਾ ਠੰਡਾ ਏ ਸੀ ਚੱਲਣ ਦੇ ਹੀ ਹੋ, ਵੇਖੋ ਤੁਸੀਂ 3 ਏਸੀ ਲਾਏ ਆ, ਵਧੀਆ ਜਿੰਮ ਆ, ਖੁੱਲ੍ਹੀ ਡੁੱਲੀ ਆ, ਅਤੇ ਆਪ ਆਉਣਾ ਪੈਂਦਾ ਕਲੈਕਸ਼ਨ ਕਰਨ ਵਾਸਤੇ, ਕਈ ਵਾਰ ਦਿੰਦੇ ਨਹੀਂ ਬੰਦੇ ਕਲੈਕਸ਼ਨ ਬੰਦੇ ਨੂੰ। ਅਤੇ ਚਲੋ ਠੀਕ ਹੈ ਜੀ, ਕਰਦੇ ਐਂਡ, ਯੂਟਿਊਬ 'ਤੇ ਸਾਰੇ ਜਣੇ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਓ ਮੇਰੇ ਚੈਨਲ ਨੂੰ ਵੱਧ ਤੋਂ ਵੱਧ। ਸਤਿ ਸ਼੍ਰੀ ਅਕਾਲ ਜੀ।